ਬੱਲੇ ਬੱਲੇ ਆ ਤਾਂ ਮੇਰਾ ਫੌਜੀ ਤੁਰਿਆ ਆਉਂਦਾ। ਆ ਵੀ ਫੌਜੀ ਆ। ਸਤਿ ਸ਼੍ਰੀ ਅਕਾਲ ਵੀਰੇ, ਹੋਰ ਸੁਣਾ ਕਿਵੇਂ? ਠੀਕ ਹੈ ਰਾਜੀ ਬਾਜੀ? ਵਧੀਆ ਜੀ। ਉਹ ਮੈਨੂੰ ਤਾਂ ਯਾਰ ਆ ਮੱਝਾਂ ਨੇ ਕਮਲਾ ਕੀਤਾ ਪਿਆ, ਆ ਫੇਰ ਖੁੱਲ ਗਈ। ਉਹ ਤੇਰਾ ਖੜ ਦੁੱਧ ਦਾ ਡੋਲੂ ਸਾਰਾ ਹੀ ਪੀ ਜਾ, ਸਫ਼ਰ ਕਰਕੇ ਆਇਆ। ਮੈਂ ਪਾਣੀ ਗਰਮ ਕਰਦੀ ਹਾਂ, ਤੂੰ ਨਹਾ ਕੇ ਆਰਾਮ ਕਰ ਲੈ। ਲੈ ਕੇ ਰਿਹਾ ਪਾਣੀ? ਕੇ ਰਿਹਾ, ਕਈ ਦਿਨ ਹੋ ਗਏ ਤੈਨੂੰ ਛੁੱਟੀ ਆਏ ਨੂੰ। ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ। ਕਿਹੜੀ ਭਾਬੀ? ਤੂੰ ਵਿਆਹ ਕਰਾਉਣਾ ਹੈ ਜਾਂ ਛੜੇ ਹੀ ਰਹਿਣਾ? ਭਾਬੀ ਮੈਨੂੰ ਵਿਆਹ ਕਰਾਉਣ ਨੂੰ ਕੀ ਹੈ, ਤੂੰ ਹੈਗੀ ਤਾਂ ਸਹੀ, ਰੋਟੀ ਵੀ ਖਾਣੀ ਹੈ, ਤੂੰ ਖਵਾਈ ਚੱਲ। ਇੱਕ ਮਹੀਨਾ ਇੱਥੇ ਆ, ਮੁੜ ਕੇ ਫਿਰ ਤੁਰ ਜਾਣਾ। ਜਾ ਵੀ, ਤੂੰ ਤਾਂ ਬੁੱਧੂ ਹੀ ਰਿਹਾ, ਤੈਨੂੰ ਫੌਜ ਕਿਹਨੇ ਰੱਖ ਲਿਆ? ਭਲਿਆ ਮਾਨਸਾ, ਲੋਕ ਕੀ ਕਹਿਣਗੇ? ਇਹ ਭਾਬੀ ਨੇ ਜ਼ਮੀਨ ਦੇ ਲਾਲਚ ਨੂੰ ਕੁਆਰਾ ਹੀ ਰੱਖ ਲਿਆ। ਇਸ ਕਰਕੇ ਸਾਜਰੇ ਤੜਕੇ ਤਿਆਰ ਹੋ ਜੀ, ਆਪਾਂ ਕੁੜੀ ਦੇਖਣ ਜਾਣਾ। ਦੱਸੋ ਕਾਕਾ ਜੀ ਆਪਣੀ ਸਲਾਹ ਫਿਰ। ਹਾਂ ਭਾਈ ਕੇਰ ਸਿੰਘ, ਤੈਨੂੰ ਕੁੜੀ ਪਸੰਦ ਹੈ? ਕਰਦੇ ਹੁਣ ਹਾਂ, ਕੀ ਸੋਚੀ ਜਾਣਾ? ਹਾਂ ਭਾਈ ਸਿਮਰ, ਠੀਕ ਆ ਬਾਪੂ ਜੀ, ਜਿਵੇਂ ਤੁਹਾਨੂੰ ਠੀਕ ਲੱਗਦਾ। ਮੈਨੂੰ ਲੱਗਦਾ ਦੋਵਾਂ ਧਿਰਾਂ ਦੀ ਸਹਿਮਤੀ ਹੋ ਗਈ ਹੈ, ਕਰਾਓ ਮੂੰਹ ਮਿੱਠਾ ਹੁਣ ਫਿਰ। ਚਲੋ ਗੁਰੂ ਘਰ ਚੱਲੀਏ ਆਪਾਂ। ਪਾਲੋ ਚਾਚੀ, ਪਾਣੀ ਵਾਰਨਾ ਕੀ ਤੋਂ ਕਰਾਈਏ? ਸ਼ਿੰਦਰੇ, ਤੂੰ ਪਾਣੀ ਵਾਰ, ਤੂੰ ਵੱਡੀ ਭਾਬੀ ਹੈ, ਮਾਵਾਂ ਵਰਗੀ ਹੈ।
ਵਿਆਹ ਹੋ ਗਿਆ ਵੀ ਅੱਜ ਕਿਹੜੇ ਫੌਜੀ ਆ ਆ ਗਿਆ ਫੌਜੀ ਹੁਣ ਤਾਂ ਛੱਡ ਦੇ ਭਾਬੀ ਦਾ ਖੜਾ ਆ ਗਿਆ ਵੱਡਿਆ ਕਾਲਿਆ ਭਰਾਵਾ ਤੁਹਾਡੇ ਲਈ ਸਮਾਨ ਇਕੱਠਾ ਕਰਦਾ ਫਿਰਦਾ ਆ ਲੈ ਚੱਕ ਬੋਤਲ ਲੈ ਪਾ ਲੈ ਪੈਗ ਹੁਣ ਮੇਰਾ ਮੂੰਹ ਬੰਨੇ ਦੇਖੀ ਜਾਣਾ ਪਾ ਪਾ ਪਾਣੀ ਘੱਟ ਪਈ ਆ ਲੈ ਚੱਕ ਆ ਲੈ ਚੱਕ ਲਾਓ ਪੈਗ ਕਰੋ ਇੰਜੋਏ ਸਿਮਰਨ ਬਹੁਤ ਦਿਨ ਹੋ ਗਏ ਤੂੰ ਤਾਂ ਅੰਦਰੇ ਬੜੀ ਬੈਠੀ ਰਹਿੰਦੀ ਆ ਜਾਂ ਤਾਂ ਤੂੰ ਸਾਰਾ ਦਿਨ ਅਖਬਾਰ ਪੜ੍ਹਦੀ ਰਹਿੰਦੀ ਆ ਤੇ ਜਾਂ ਫਿਰ ਪਈ ਰਹਿੰਦੀ ਆ ਆਏ ਤਾਂ ਤੂੰ ਫਿਰ ਬਿਮਾਰ ਹੋ ਜਾਏਗੀ ਜੇ ਤੈਨੂੰ ਨਹੀਂ ਕੋਈ ਕੰਮ ਧੰਦਾ ਆਉਂਦਾ ਤਾਂ ਮੈਥੋਂ ਪੁੱਛ ਲਿਆ ਕਰ ਦੀਦੀ ਕੰਮ ਤਾਂ ਮੈਨੂੰ ਸਾਰੇ ਆਉਂਦੇ ਆ ਪਰ ਮੈਂ ਤਾਂ ਸੰਗ ਦੀ ਬਾਹਰ ਨਹੀਂ ਆਉਂਦੀ ਉਹ ਤਾਂ ਸਾਰਾ ਦਿਨ ਤੁਹਾਡੇ ਕੋਲ ਬੈਠੇ ਰਹਿੰਦੇ ਆ ਲੈ ਕੁੜੇ ਫਿਰ ਕੀ ਆ ਦਿਓਰਾ ਮੇਰਾ ਮਸਾਂ ਤਾਂ ਛੁੱਟੀ ਆਇਆ ਉਹਦੇ ਕਿਹੜਾ ਮਾਂ ਬਾਪ ਬੈਠੇ ਆ ਐਵੇਂ ਕਹਿ ਦਈਏ ਉਹਨੂੰ ਤਾਂ ਮੇਰਾ ਬਾਲਾ ਹੀ ਮੋਹ ਆਉਂਦਾ ਤੇ ਮੈਨੂੰ ਵੀ ਉਹਦਾ ਬਾਲਾ ਹੀ ਮੋਹ ਆਉਂਦਾ ਚੱਲ ਉੱਠ ਅੱਜ ਤੇਰੇ ਹੱਥੋਂ ਮਿੱਠੀਆਂ ਰੋਟੀਆਂ ਪਕਾ ਕੇ ਖਾਊਂਗੀ ਮੈਂ ਵੇਖਦੀ ਹਾਂ ਕੱਚੀਆਂ ਲਾਉਣੀਆਂ ਕਿ ਪੱਕੀਆਂ ਹਟ ਜਾ ਕੇ ਰਿਹਾ ਸਿਮਰਨ ਕਿਹੜੇ ਖਿਆਲਾਂ ਚ ਖੋ ਗਈ ਰੋਟੀ ਤਾਂ ਦੇਖ ਲਾ ਸੜ ਗਈ ਤਾਂ ਸ਼ਾਇਦ ਰੋਟੀ ਮੇਰੇ ਨਾਲ ਖਾਣਗੇ ਚੱਲ ਆ ਜਾ ਭਾਬੀ ਚੱਲੀਏ ਦਿਨ ਚੜੀ ਜਾਂਦਾ ਨਾਲੇ ਨਾ ਆਪਣੀਆਂ ਤਾਂ ਮਿਰਚਾਂ ਹੀ ਬਹੁਤ ਲਾਲ ਨੇ ਲੱਗ ਜਾਂਦੀਆਂ ਨੇ ਸਿੰਦਰੇ ਭੈਣੇ ਮਿਰਚਾਂ ਤਾਂ ਲੱਗ ਹੀ ਜਾਂਦੀਆਂ ਨੇ ਸਿਮਰਨ ਕੀ ਹਾਲ ਆ ਤੇਰਾ ਸਤਿ ਸ਼੍ਰੀ ਅਕਾਲ ਚਾਚੀ ਜੀ ਪੈਰੀ ਪੰਨੀਆਂ ਹੋਰ ਸੁਣਾ ਕੀ ਹਾਲ ਆ ਤੇਰਾ ਠੀਕ ਆ ਚਾਚੀ ਜੀ ਸਭ ਵਧੀਆ
ਹੋਰ ਸੁਣਾ ਕੁੜੇ ਸਿਮਰਨ, ਮੈਂ ਸੋਚਿਆ ਅੱਜ ਤੂੰ ਕੱਲੀ ਘਰੇ ਆ, ਤੇਰਾ ਜੀ ਨਹੀਂ ਲੱਗਦਾ ਹੋਣਾ, ਮੈਂ ਪਤਾ ਹੀ ਲਿਆ ਵਾਂ, ਹਾਲ ਚਾਲ ਪੁੱਛਿਆ ਵਾਂ। ਹੋਰ ਸੁਣਾ, ਤੂੰ ਖੁਸ਼ ਤਾਂ ਹੈ? ਹਾਂ ਚਾਚੀ, ਬਹੁਤ ਖੁਸ਼ ਹਾਂ। ਧੀਏ, ਮੈਂ ਸਭ ਜਾਣਦੀ ਹਾਂ ਤੂੰ ਕਿੰਨੀ ਕੁ ਖੁਸ਼ ਹੈ। ਚੱਲ ਛੱਡ, ਪਹਿਲਾਂ ਆਹ ਝੂਠ ਮਾਂਜਣੀ ਛੱਡ, ਪਹਿਲਾਂ ਤੂੰ ਰੋਟੀ ਖਾ। ਤੈਨੂੰ ਇੱਕ ਗੱਲ ਦੱਸੂੰਗੀ, ਤੂੰ ਸੁਣੀ ਧਿਆਨ ਨਾ, ਪਰ ਦਿਲ ਤੇ ਨਾ ਲਾਈ। ਹੁਣ ਮੈਂ ਤੈਨੂੰ ਇੱਕ ਵਾਰੀ ਜਾਣਨ ਕਰਨਾ ਹੀ ਕਰਨਾ। ਧੀਏ, ਮੇਰੀ ਗੱਲ ਦਾ ਗੁੱਸਾ ਨਾ ਕਰੀ, ਪਰ ਗੱਲਾਂ ਮੈਂ ਸਾਰੀਆਂ ਸੱਚੀਆਂ ਕਹੂੰਗੀ। ਚਾਚੀ, ਕੀ ਕਹਿੰਦੀ ਤੂੰ? ਮੇਰੇ ਕੋਲ ਸਮਝ ਨਹੀਂ ਆ ਰਿਹਾ। ਬੇਟਾ ਸਿਮਰਨ, ਤੂੰ ਬਹੁਤ ਭੋਲੀ ਆ। ਤੇਰਾ ਜਦ ਵੀ ਛੁੱਟੀ ਆਉਂਦਾ ਛਿੰਦਰ ਦੇ ਨਾਲ ਨਾਲ ਹੀ ਰਹਿੰਦਾ, ਉਹ ਵੀ ਐਂ ਲੱਗਦੀ ਆ ਜਿਵੇਂ ਨਵੀਂ ਨਵੀਂ ਮੁਕਲਾਵੇ ਆਈ ਹੋਵੇ। ਤੂੰ ਚਾਹੇ ਗਿੱਟਿਆਂ ਤੋਂ ਮੈਲ ਨਾ ਲਾਹੇ, ਪਰ ਜਿੰਨੇ ਦਿਨ ਕੇਰਾ ਘਰੇ ਰਹਿੰਦਾ, ਰਾਂਬੜ ਖੁੰਭ ਵਾਂਗੂ ਨਿਖਰੀ ਰਹਿੰਦੀ ਆ। ਤੈਨੂੰ ਇੱਕ ਗੱਲ ਦੱਸਾਂ ਤਾਂ ਸੁਣ ਕੇ ਹੈਰਾਨ ਰਹਿ ਜਾਏਗੀ। ਕਿਹੜੀ ਗੱਲ ਚਾਚੀ ਜੀ? ਚਾਚੀ, ਕਿੱਥੇ ਆ ਤੂੰ? ਹਾਂ ਦੱਸ, ਕਿਵੇਂ ਚੜ੍ਹੀ ਆਉਣੀ ਆ? ਚੜ੍ਹਾ ਨਾ, ਤੂੰ ਸਾਡੇ ਘਰੇ ਕੀ ਲੈਣ ਗਈ ਸੀ? ਨਾ ਜਵਾਕੜੀ ਨੂੰ ਕੀ ਚੱਕਾਂ ਦੇ ਕੇ ਆਈ ਆ? ਨਾ ਤੂੰ ਆਪਣਾ ਸਿਆਣਾਪਣ ਤਾਂ ਦੇਖਦੀ, ਧੌਲਾ ਝਾਟਾ ਦੇਖਦੀ, ਕੀ ਕਰਕੇ ਆਈ ਆ ਕਰਤੂਤ ਉਹਦੇ ਨਾਲ? ਨਾ ਕੀ ਕਿਹਾ ਨੀ ਮੈਂ ਉਹਨੂੰ, ਤੈਨੂੰ ਸਾਰਾ ਪਿੰਡ ਜਾਣਦਾ, ਨਾਲੇ ਗਾਲ ਗੋਲ ਨਾ ਕੱਢ ਬੈਠੀ। ਚਾਚੀ, ਮੂੰਹ ਸਵਾਲ ਆਪਦਾ। ਮੈਂ ਹੈਰਾਨਜਾਦੀ ਦੀਆਂ ਬਰਾਸ਼ਾਂ ਪਾੜ ਦੂ। ਮੈਂ ਵੀ ਪਾੜ ਦੂ। ਤੂੰ ਬਣੀ ਕੀ ਫਿਰਦੀ ਆ? ਆਈ ਵੇ ਕਹਿ ਰਿਹਾ ਆਈ। ਨੀ ਕਿਵੇਂ ਬਹੁਤੀ ਸਿਰ ਚੜੀ ਫਿਰਦੀ ਆ ਤੂੰ? ਉਹ ਭਾਬੀ, ਕਿਉਂ ਤੂੰ ਰੋਜ਼ ਲੜਾਈ ਪਾ ਲੈਣੀ ਆ? ਆ ਜਲਦੀ ਘਰ ਨੂੰ, ਮੈਨੂੰ ਭੁੱਖ ਲੱਗੀ ਆ। ਆ ਜਾ। ਸਿਮਰਨ, ਤੂੰ ਇੱਥੇ ਆਰਾਮ ਨਾ ਪਈ ਆ, ਬਾਹਰ ਪਤਾ ਨੀ ਤੈਨੂੰ ਕੀ ਕੁਛ ਹੋਈ ਜਾਂਦਾ, ਸਾਰਾ ਕੁਛ ਤੇਰੇ ਕਰਕੇ ਹੋਇਆ। ਨਾਲੇ ਉੱਠ, ਕੇਰੇ ਨੂੰ ਰੋਟੀ ਬਣਾ ਕੇ ਦੇ, ਮੇਰਾ ਤਾਂ ਪਹਿਲਾਂ ਹੀ ਦਿਮਾਗ ਖਰਾਬ ਹੋਇਆ ਵਾ, ਉਹ ਵੀ ਤੇਰੇ ਕਰਕੇ। ਮੇਰੇ ਕਰਕੇ? ਮੇਰੇ ਕਰਕੇ ਕੀ? ਸਾਰਾ ਕੁਛ ਤੇਰੇ ਕਰਕੇ ਹੋਇਆ, ਮੈਨੂੰ ਸਾਰਾ ਕੁਛ ਪਤਾ ਲੱਗ ਗਿਆ। ਰੋਟੀ ਮੈਂ ਪਕਾ ਦਿੰਦੀ ਹਾਂ, ਪਰ ਮੈਨੂੰ ਮੇਰੇ ਪੇਕੇ ਛੱਡਿਓ, ਮੈਂ ਤਾਂ ਆਪਣੇ ਪੇਕੇ ਜਾਣਾ ਹੈ ਬਸ। ਕਰਵਾ ਲਿਆ ਪਰ ਭਾਬੀ ਦਾ ਖੜਾ ਹਜੇ ਤੱਕ ਨਹੀਂ ਛੱਡਦਾ। ਅਜੀਤ ਨੂੰ ਵਿਆਹ ਕੇ ਲਿਆਇਆ ਮੈਂ, ਦੇਖੀ ਆ, ਤੈਨੂੰ ਤਾਂ ਉਹਦਾ ਹੀ ਸ਼ਰਾਫ ਲੈ ਲੂ। ਯਾਰ, ਜ਼ਿੰਦਗੀ ਗਾਲਤੀ ਕੁੜੀ ਦੀ, ਵਿਚੋਲੇ ਨੇ ਕੁਛ ਸੋਚਿਆ ਹੀ ਨਹੀਂ। ਵਿਚੋਲੇ ਨੂੰ ਤਾਂ ਆਪਣੀ ਮੁੰਦੀ ਤੱਕ ਮਤਲਬ ਹੁੰਦਾ। ਉਹ ਫੌਜੀ ਨੇ ਸੁਧਰਨਾ ਹੋਇਆ ਆਪੇ ਹੀ ਸੁਧਰ ਜੂ, ਤੁਸੀਂ ਕਿਉਂ ਆਪਣਾ ਦਿਮਾਗ ਘਸਾਇਆ? ਵੇ ਬਬਲੂ, ਆਪਦੇ ਚਾਚੇ ਹੁਣ ਰੋਟੀ ਲੈ ਜਾ, ਨਾਲੇ ਤੁਸੀਂ ਖਾ ਲਓ। ਸਿਮਰ, ਮੈਥੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਮਾਫ਼ ਕਰ ਦੀ। ਮੇਰੀ ਛੁੱਟੀ ਖਤਮ ਹੈ ਤੇ ਮੈਂ ਸਵੇਰੇ ਚਲਾ ਜਾਣਾ, ਗਏ ਬੰਦੇ ਦਾ ਕੀ ਭਰੋਸਾ, ਨਾਲੇ ਮੈਂ ਤਾਂ ਫੌਜ 'ਚ ਹਾਂ। ਮੈਂ ਜਾ ਕੇ ਕੁਛ ਪੈਸੇ ਜ਼ਰੂਰ ਭੇਜੂੰਗਾ, ਤੂੰ ਕਿਸੇ ਘਰ ਦੇ ਕੰਮ ਵਾਸਤੇ ਵਰਤਣੀ। ਜਦੋਂ ਪੈਸੇ ਆਉਣਗੇ ਵੇਖੀ ਜਾਊਗੀ, ਮੈਨੂੰ ਭੁੱਖ ਨਹੀਂ, ਤੁਸੀਂ ਖਾ ਲਓ। ਉਹ ਖਾ ਲਾ ਜਵਾਕਾਂ ਨਾਲ, ਮੇਰੇ ਨਾਲ ਹੀ ਨਾਰਾਜ਼ਗੀ ਹੈ, ਜਵਾਕਾਂ ਨਾਲ ਥੋੜ੍ਹੀ ਹੈ।
ਖਵਾ ਓਏ। ਨਹੀਂ ਬੇਟਾ ਮੈਨੂੰ ਭੁੱਖ ਨਹੀਂ। ਚੱਲ ਇੱਕ ਬੁਰਕੀ ਖਾ ਲੈ ਖਵਾ ਬਈ। ਮੇਰਾ ਦਿਲ ਕਰਦਾ ਫੌਜੀ ਨੂੰ ਗੱਲ ਤੋਂ ਫੜ ਕੇ ਇੱਧਰ ਘੜੀਸ ਲਿਆਵਾਂ, ਪਰ ਮਨਾ ਕੀ ਕਰਾਂ। ਸਬਰ ਕਰ, ਦੇਖੀ ਜਾਓ। ਲੈ ਕੇਰ ਸਿਉਂ ਆ ਰੋਟੀ ਲੈ ਜਾ, ਤੇਰੇ ਲਈ ਬਣਾਈ ਆ ਮੈਂ, ਰਾਸਤੇ 'ਚ ਖਾ ਲਈ। ਗੋਭੀ ਵਾਲੇ ਪਰੌਠੇ ਬਣਾਏ ਨੇ ਮੈਂ, ਅੱਖਾਂ 'ਚ ਅੱਖਾਂ ਪਾ। ਕੀ ਗੱਲ ਹੈ, ਪਿਆਰ ਰਹਿ ਹੀ ਨਹੀਂ ਗਿਆ, ਸੋਹਣੀ ਬਹੂ ਮਿਲ ਗਈ। ਉਹ ਨਹੀਂ ਭਾਬੀ, ਉਹ ਮੇਰਾ ਕੇਰੂ, ਜਾ ਕੇ ਚਿੱਠੀ ਚੁੱਠੀ ਪਾ ਦੀ ਭਾਬੀ ਨੂੰ, ਭੁੱਲੀ ਨਾ ਜਾਈ। ਕੁੜੇ ਸਿਮਰਨ ਰੁਕ ਕੇ ਚਲੀ ਜਾਂਦੀ, ਬਹੁਤੀ ਕਾਹਲੀ ਹੋਈ ਪਈ ਆ ਪੇਕੇ ਜਾਣ ਦੀ। ਇੱਕਦਮ ਹੀ ਘਰ ਸੁੰਨਾ ਹੋਜੂ। ਹੋ ਜਾਂਦੇ ਸੁੰਨਾ ਘਰ, ਮੇਰੇ ਲਈ ਤਾਂ ਘਰ ਪਹਿਲਾਂ ਵੀ ਸੁੰਨਾ ਹੀ ਸੀ। ਨਾਲੇ ਮੈਂ ਕਿਹੜਾ ਇੱਥੇ ਮੁੜ ਕੇ ਆਉਣਾ, ਮੇਰਾ ਰਸਤਾ ਰੋਕਣ ਦੀ ਕੋਸ਼ਿਸ਼ ਨਾ ਕਰੀ। ਮੈਂ ਚੱਲੀ ਆਪਣੇ ਬਾਪੂ ਦੇ ਕੋਲ, ਸਾਡੇ ਘਰੇ ਹੱਟ ਪਾਸੇ। ਨੀ ਰੁਕ ਜਾ, ਲੋਕ ਕੀ ਕਹਿਣਗੇ, ਕੇਰੇ ਦੇ ਪਿੱਠ ਘੁਮਾਉਂਦੇ ਉਹਦੀ ਬਹੂ ਵੀ ਤੁਰ ਗਈ। ਨੀ ਰੁਕ ਜਾ, ਰੁਕ ਜਾ। ਮੈਂ ਚਾਹੇ ਜਾਵਾਂ ਚਾਹੇ ਰੁਕਾਂ, ਹੁਣ ਤੇਰੀ ਧੌਂਸ ਨਹੀਂ ਝੱਲਣੀ। ਨਹੀਂ ਗੱਲ ਸੁਣਨੀ, ਸਿੱਧੀ ਪਿੰਡ ਚੋਂ ਬਾਹਰ ਹੋ ਜੀ। ਜੇ ਕਿਸੇ ਕੋਲੇ ਰੁਕੀ ਨਾ ਬਾਹਰ, ਤੇ ਮੈਥੋਂ ਬੁਰਾ ਕੋਈ ਨਹੀਂ। ਮੈਂ ਚੱਲੀ ਆਪਣੇ ਬਾਪੂ ਦੇ ਘਰ, ਸਾਰਾ ਪਿੰਡ ਜਾਣਦਾ ਕੇਰੇ ਦੀ ਬਹੂ ਕੌਣ ਆ। ਲੱਗਦਾ ਤੁਹਾਡੀ ਮਾਂ ਮੁੜੀ ਆਈ। ਉਹ ਬੰਦੇ ਸਿਮਰ ਕੁੱਤਾ ਆ ਬਾਪੂ ਜੀ। ਕੀ ਗੱਲ ਪੁੱਤ, ਕੀ ਗੱਲ? ਕੀਰਤੀ, ਕੀਰਤੀ ਆ ਦੇਖੋ ਕੌਣ ਆ। ਬਸ 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 ਬਸ। ਦੀਦੀ ਤੂੰ ਕਿੰਨਾ ਉੱਚੀ ਉੱਚੀ ਰੋਈ, ਅਸੀਂ ਤਾਂ ਡਰ ਗਈਆਂ। ਕੁਛ ਨਹੀਂ, ਬਸ ਮੈਨੂੰ ਦਿਲ ਕਰਦਾ ਸੀ, ਚੰਦਰਾ ਬਾਲਾ ਹੀ ਦਿਲ ਕਰਦਾ ਸੀ। ਅੰਦਰੋਂ ਆਵਾਜ਼ ਆ ਉੱਠਿਆ, ਮੇਰਾ ਰੋਣ ਨਿਕਲ ਗਿਆ। ਅੰਮ੍ਰਿਤ ਜਾ ਦੀਦੀ ਲਈ ਪਾਣੀ ਲੈ ਕੇ ਆ। ਲੈ ਦੀਦੀ ਪਾਣੀ। ਦੀਦੀ ਮੈਨੂੰ ਲੱਗਦਾ ਮੰਮਾ ਆ ਗਈ ਮੱਸਿਆ ਤੋਂ। ਦੀਦੀ ਮੰਮਾ ਆ ਗਈ। ਮਾਂ ਸਿਮਰ ਪੁੱਤਾ ਆ, ਮਾਂ ਆ ਰਹੀ, ਮਾਂ ਸਦਕੇ। ਹਾਂ ਮੇਰੀ ਧੀ ਰਾਣੀ ਆਈ ਆ। ਸਿਮਰਨ ਬੇਟਾ ਕਿੱਦਾਂ ਯਾਦ ਆ ਗਈ ਸਾਡੀ ਤੈਨੂੰ? ਹੋਰ ਕਿਵੇਂ ਆ ਮੇਰਾ ਪੁੱਤ? ਮਾਂ
ਸਿਮਰ ਅੱਜ ਕਿਵੇਂ ਗੱਡੀ ਕੁਛ ਢਿੱਲੀ ਜੀ ਲੱਗਦੀ ਆ। ਓਹੋ ਕੱਲ ਸਾਰਾ ਦਿਨ ਘਰ ਦਾ ਕੰਮ ਕਰਦੀ ਰਹੀ, ਮੈਨੂੰ ਲੱਗਦਾ ਥਕੇ ਮਾਉਗਲਾ ਆ। ਸੁਰਜੀਤ ਉਹ ਦੁੱਧ ਚ ਘਿਓ ਪਾ ਕੇ ਲਿਆ ਵੀ ਮੇਰੇ ਪੁੱਤ ਨੂੰ ਪਿਲਾ। ਸਿਮਰ ਦੇ ਬਾਪੂ ਸਿਮਰ ਦੀ ਗੱਲ। ਚੰਗਾ ਭਾਬੀ ਮੈਂ ਚੱਲਿਆ ਸਿਮਰ ਨੂੰ ਲੈਣ। ਧਿਆਨ ਨਾ ਜਾਈ। ਕੀ ਗੱਲ ਮੇਰੇ ਨਾਲ ਬੋਲਦਾ ਕਿਉਂ ਨਹੀਂ ਕੋਈ? ਮੈਂ ਇੱਥੇ ਸਿਮਰ ਨੂੰ ਲੈਣ ਆਇਆ। ਮਾਂ ਚਾਹ ਲੈ ਜੋ। ਵੇਖ ਮੇਰੀ ਧੀ ਦਾ ਜਿਗਰਾ ਦੇਖ, ਤੇਰੇ ਲਈ ਚਾਹ ਵੀ ਬਣਾ ਦਿੱਤੀ ਉਹਨੇ। ਤੂੰ ਤਾਂ ਸਾਡੇ ਘਰ ਦਾ ਪਾਣੀ ਪੀਣ ਦੇ ਲਾਇਕ ਵੀ ਨਹੀਂ ਹੈਗਾ। ਮੇਰੇ ਵੱਲ ਦੇਖ ਵੱਡਿਆ ਫੌਜੀਆ, ਤੂੰ ਤਾਂ ਫੌਜ ਨੂੰ ਵੀ ਧੱਬਾ ਲਾਤਾ। ਜੀ ਕਰਦਾ ਤੇਰਾ ਪੈਰ ਦੇਲੀਆਂ 'ਚ ਨਾ ਪੈਣ ਦਿੰਦੀ, ਫਿਰ ਝੰਡ ਤਾਂ ਰਹਿ ਜਾਣੀ ਸੀ ਤੇਰੀ। ਚਾਹ ਪੀ ਤੇ ਤੁਰਦਾ ਵਾ, ਮੈਂ ਆਪਣੀ ਧੀ ਨਹੀਂ ਤੋਰਨੀ ਤੇਰੇ ਨਾਲ। ਹੁਣ ਤਾਂ ਅਸੀਂ ਪੰਚਾਇਤ 'ਚ ਫੈਸਲਾ ਕਰਾਂਗੇ। ਮਾਂ ਜੀ ਸਿਮਰ ਮੇਰੇ ਨਾਲ ਕਿਉਂ ਨਹੀਂ ਤੋਰਨੀ? ਮੈਥੋਂ ਕੀ ਗਲਤੀ ਹੋ ਗਈ? ਅਜੇ ਪਤਾ ਨਹੀਂ ਤੈਨੂੰ? ਹਰਾਮ ਜ਼ਿਆਦਾ ਭਾਬੀ ਦਾ ਗੋਲਾ, ਮੇਰੀ ਧੀ ਨੂੰ ਨੌਕਰਾ ਨਹੀਂ ਸਮਝਦਾ। ਤੁਹਾਡੇ ਭਾਂਡੇ ਮਾਂਜਣ ਨੂੰ ਆਓ, ਮੇਰੀ ਧੀ ਨੂੰ ਤੁਸੀਂ ਔਖੀ ਕਰਦੇ ਰਹੇ ਹੋ। ਆ ਕੰਜਰ ਕਿਵੇਂ ਆਪਣੇ ਅੰਦਰ? ਆ ਚਾਹ ਪਾਣੀ ਇਹਨੂੰ ਤਾਂ ਚਾਟਾ ਮੈਂ ਛਕਾਉਣਾ, ਤੂੰ ਡਾਂਗ ਫੜਾਈ ਕਰੋ। ਹਰਾਮ ਜ਼ਿਆਦਾ। ਹੈਂ, ਇਹ ਕਿਵੇਂ ਮੂੰਹ ਜਿਹਾ ਲਮਕਾਈ ਆਉਂਦਾ? ਕੀ ਗੱਲ ਕਹਿ ਰਿਹਾ? ਸਿਮਰਨ ਨਹੀਂ ਆਈ? ਨਹੀਂ ਭਾਬੀ ਨਹੀਂ ਆਈ, ਆਈ ਨਹੀਂ। ਹੁਣ ਮੈਂ ਲੈ ਕੇ ਵੀ ਨਹੀਂ ਆਉਂਦਾ। ਚੱਲ ਕੋਈ ਨਾ, ਆਪਣਾ ਤਾਂ ਇੱਕ ਵਾਰੀ ਜਾਣ ਦਾ ਫਰਜ਼ ਸੀ। ਅੰਦਰ ਲਾ ਮੋਟਰਸਾਈਕਲ ਨੂੰ, ਮੈਂ ਤੇਰੇ ਵਾਸਤੇ ਪਾਣੀ ਪੂਣੀ ਲੈ ਕੇ ਆਉਣੀ ਆ। ਲੈ ਕੇ ਰਿਹਾ, ਪਾਣੀ ਪੀ ਲਾ। ਕਹਿ ਰਿਹਾ ਆਹ ਤੇਰੀ ਗੱਲ ਤੇ ਕਿਵੇਂ ਨੀਲ ਪਿਆ ਵਾ, ਜਿਵੇਂ ਕਿਸੇ ਨੇ ਚਪੇੜ ਮਾਰੀ ਹੁੰਦੀ ਆ। ਭਾਬੀ ਸ਼ੁਕਰ ਕਰ ਥੱਪੜ ਵੱਜ ਕੇ ਸਰ ਗਿਆ, ਹਲੇ ਤਾਂ ਮੇਰੀ ਡਾਂਗ ਪਰੇਡ ਹੋਣੀ। ਕੋਈ ਨਾ, ਫਿਰ ਹੁਣ ਤਾਂ ਗੱਲ ਪੰਚਾਇਤ ਵਿੱਚ ਹੀ ਨਿਬੜੂ, ਨਾਲੇ ਆਪਣੀ ਲੋਕਾਚਾਰੀ ਰਹਿ ਜੂ। ਚੱਲ ਕੋਈ ਨਾ, ਤੂੰ ਆਰਾਮ ਕਰ, ਮੈਂ ਤੇਰੇ ਲਈ ਰੋਟੀ ਲੈ ਕੇ ਆਉਣੀ ਆ। ਹੈ ਇਹ ਇੱਧਰ ਕਿਵੇਂ? ਅੱਜ ਆਪਾਂ ਦੋਨੇ ਪਿੰਡਾਂ ਦੀਆਂ ਪੰਚਾਇਤਾਂ ਇੱਥੇ ਇਕੱਠੀਆਂ ਹੋਈਆਂ, ਮੈਂ ਪਿੰਡ ਦਾ ਸਰਪੰਚ। ਹੁਣ ਇਹ ਦੱਸੋ ਕਰਨਾ ਕੀ ਹੈ? ਇਹ ਸਾਡੀ ਪਿੰਡ ਦੀ ਪੰਚਾਇਤ ਹੈ, ਪਰ ਜਿਹੜਾ ਮਸਲਾ ਉਹ ਤਾਂ ਮੇਰੀ ਸਿਮਰ ਨੂੰ ਪੁੱਛ ਕੇ ਪਤਾ ਲੱਗ ਸਕਦਾ। ਬੇਟਾ ਸਿਮਰ ਆ ਜਾ, ਇੱਥੇ ਦੱਸ ਕੇ ਕੀ ਗੱਲ ਹੋਈ ਸੀ?
ਖੁੱਲ ਕੇ ਦੱਸਦੀ ਬੇਟਾ, ਕੋਈ ਚੱਕਣ ਦੀ ਲੋੜ ਨਹੀਂ, ਇਹ ਤੇਰੀ ਜ਼ਿੰਦਗੀ ਦਾ ਮਸਲਾ ਹੈ। ਚਾਚਾ ਜੀ, ਮੈਂ ਨਿਆਣੀ ਭਲਾ ਕੀ ਬੋਲਾਂ, ਭਰੀ ਪੰਚਾਇਤ ਵਿੱਚ ਪਰ ਪੜ੍ਹੀ ਲਿਖੀ ਹੋਣ ਦੇ ਨਾਤੇ ਆਪਣੇ ਉੱਪਰ ਹੋਇਆ ਕੋਈ ਵੀ ਜ਼ੁਲਮ ਬਰਦਾਸ਼ਤ ਨਹੀਂ ਕਰ ਸਕਦੀ। ਸੋ ਇਹ ਵਿਆਹੇ ਤਾਂ ਭਾਵੇਂ ਮੇਰੇ ਨਾਲ ਨੇ, ਪਰ ਮੰਜਾ ਇਹ ਮੇਰੀ ਜਠਾਣੀ ਕੋਲ ਡਾਉਂਦੇ ਨੇ। ਇਹਦਾ ਕੀ ਦੁੱਖ ਹੁੰਦਾ ਉਹ ਮੈਂ ਜਾਣਦੀ ਹਾਂ, ਜਾਂ ਮੇਰਾ ਰੱਬ ਜਾਣਦਾ, ਬਾਕੀ ਤੁਸੀਂ ਆਪ ਸਿਆਣੇ। ਜੋ ਸਿਮਰ ਬੇਟੀ ਨੇ ਕਿਹਾ ਦੱਸੋ, ਇਸ ਮੁੰਡੇ ਨੂੰ ਕੀ ਸੱਚ ਹੈ? ਪੰਚ ਸਾਹਿਬ, ਕਿਹੜੇ ਨੂੰ ਪੁੱਛਣ ਦੀ ਕੀ ਲੋੜ ਹੈ, ਇਹਦਾ ਤਾਂ ਸਾਨੂੰ ਪਤਾ ਹੀ ਹੈ। ਬਾਕੀ ਇਸ ਨੂੰ ਸਮਝਾ ਵਜਾ ਕੇ ਲੈ ਕੇ ਆਏ ਹਾਂ, ਆਹ ਸਾਡੀ ਪੰਚਾਇਤ ਦੀ ਜ਼ਿੰਮੇਵਾਰੀ ਹੈ, ਇਹ ਅੱਗੇ ਤੋਂ ਕੋਈ ਗਲਤੀ ਨਹੀਂ ਕਰਦਾ। ਬਾਕੀ ਹੁਣ ਸਿਮਰ ਨੂੰ ਤੁਸੀਂ ਤੋਰਨ ਦੀ ਗੱਲ ਕਰੋ, ਇਹ ਆਪਦਾ ਘਰ ਸੰਭਾਲੇ। ਲੈ ਵੀ ਕੇਰ ਸਿਆ ਚਾਬੀ, ਆਹ ਤੁਹਾਡਾ ਨਵਾਂ ਘਰ, ਆਪਣੀ ਜ਼ਿੰਦਗੀ ਦੀ ਵਧੀਆ ਸ਼ੁਰੂਆਤ ਕਰਨੀ ਹੈ ਹੁਣ ਤੁਸੀਂ। ਮੈਂ ਕਚਹਿਰੀ ਤੱਕ ਜਾਇਆ ਵਾਂ। ਆਲਾ ਫੜ ਤੇਰੇ ਘਰ ਦੀਆਂ ਚਾਬੀਆਂ, ਤੇਰੇ ਕਰਕੇ ਮੈਂ ਆਪਣੀ ਭਾਬੀ, ਆਪਣਾ ਭਾਈ ਤੇ ਬੱਚਿਆਂ ਦੇ ਨਾਲੋਂ ਟੁੱਟ ਗਿਆ। ਹੁਣ ਤਾਂ ਖੁਸ਼ ਹੈ? ਇਹ ਤਾਂ ਮੇਰਾ ਹੱਕ ਆ, ਆਪਣਾ ਹੱਕ ਲੈਣਾ ਹਰ ਇੱਕ ਦਾ ਹੱਕ ਆ। ਜੇ ਤੇਰਾ ਇਹ ਹੱਕ ਹੈ ਤਾਂ ਮੇਰਾ ਵੀ ਇਹ ਹੱਕ ਹੈ। ਮੈਂ ਆਪਣੇ ਭਤੀਜੇ ਭਤੀਜੀਆਂ ਨੂੰ ਮਿਲਣ ਵਾਸਤੇ ਤਾਂ ਜਾ ਸਕਦਾ ਨਾ? ਹਾਂ ਹਾਂ, ਜਾ ਸਕਦੇ ਹੋ। ਮੇਰਾ ਬਾਪੂ ਕਹਿੰਦਾ ਹੁੰਦਾ ਏ, ਜਿਹੜੇ ਡੰਗਰ ਨੂੰ ਰੱਸਾ ਚੱਪਣ ਦੀ ਆਦਤ ਪੈ ਜੇ, ਉਹਦੇ ਕਿੱਲੇ ਤੇ ਜਿੰਨਾ ਮਰਜ਼ੀ ਗੋਹਾ ਮਲ ਦੋ, ਕਿਤੋਂ ਨਾ ਕਿਤੋਂ ਦੀ ਮੂੰਹ ਮਾਰ ਹੀ ਜਾਂਦਾ ਏ। ਜਾਓ ਜਾਓ, ਜਿੱਥੇ ਮਰਜ਼ੀ ਜਾਓ, ਮੈਂ ਨਹੀਂ ਰੋਕਦੀ। ਨਾਲੇ ਮੈਂ ਆਪਣੇ ਬਾਪੂ ਨੂੰ ਹੁਣ ਦੁੱਖ ਦਾ ਕੋਈ ਸੁਨੇਹਾ ਨਹੀਂ ਭੇਜਣਾ। ਮੇਰੇ ਕਰਕੇ ਮੈਂ ਉਹਨਾਂ ਚਾਰਾਂ ਪੰਜਾਂ ਨੂੰ ਦੁਖੀ ਕਰਾਂ, ਇਹ ਮੈਂ ਨਹੀਂ ਚਾਹੁੰਦੀ। ਮੈਂ ਹੁਣ ਆਪਣੀ ਸਬਰ ਨਾਲ ਜ਼ਿੰਦਗੀ ਕੱਟ ਲੈਂਦੀ। ਭਾਬੀ ਤੂੰ ਔਖੀ ਨਾ ਹੋਇਆ ਕਰ, ਮੱਝ ਹਲੇ ਨਵੀਂ ਲਿਆਂਦੀ ਹੈ, ਹਲੇ ਥੋੜਾ ਉਪਰਾ ਕਰਦੀ ਹੈ। ਵਧੀਆ ਕੀਤਾ ਜੀ ਤੁਸੀਂ ਫੜ ਲਿਆਂਦੀ, ਮੈਥੋਂ ਇੱਥੋਂ ਫੜ ਹੋਣੀ ਸੀ। ਜਦੋਂ ਵੀ ਤੈਨੂੰ ਲੋੜ ਪੈਣਾ ਮੈਨੂੰ ਆਵਾਜ਼ ਮਾਰ ਲਿਆ ਕਰ, ਔਖੀ ਨਾ ਹੋਇਆ ਕਰ। ਧੰਨਵਾਦ ਜੀ। ਕੋਈ ਨਾ ਕੋਈ ਨਾ, ਕੋਈ ਗੱਲ ਨਹੀਂ ਭਾਬੀ। ਸਤਿ ਸ਼੍ਰੀ ਅਕਾਲ ਚਾਚੀ ਜੀ। ਸਤਿ ਸ਼੍ਰੀ ਅਕਾਲ ਧੀਏ, ਜਿਉਂਦੀ ਵੱਸਦੀ ਰਹਿ, ਰੱਬ ਤੈਨੂੰ ਭਾਗ ਲਾਵੇ। ਆਓ ਚਾਚੀ ਬੈਠੋ। ਹੋਰ ਸੁਣਾਓ ਚਾਚੀ ਜੀ, ਸਿਹਤ ਠੀਕ ਆ? ਮੈਂ ਸੋਚਿਆ ਸਿਮਰਨ ਨੂੰ 2 ਮਹੀਨੇ ਦਾ ਗੇੜ ਹੋ ਗਿਆ, ਫਿਰ ਕਿਉਂ ਆਈ ਨੂੰ? ਕਹੂਗੀ ਚਾਚੀ ਮਿਲਣ ਕਿਉਂ ਨਹੀਂ ਆਈ? ਉਹ ਲੁੱਚੜ ਸ਼ਿੰਦਰ ਕਰਕੇ ਮੈਂ ਤਾਂ ਪਾਸਾ ਵੱਟ ਵੀ ਰਹੀ, ਮੈਂ ਮੱਤ ਕੀ ਆਈ ਆ, ਕਰ ਲਵੇ ਕੀ ਕਰਦੀ ਹੈ? ਚਾਚੀ ਇਹ ਮੇਰਾ ਘਰ ਆ, ਇੱਥੇ ਕਿਸੇ ਦੀ ਧੌਂਸ ਨਹੀਂ ਚੱਲਦੀ। ਵੇਖ ਮੈਂ ਮੱਝ ਲਿਆਂਦੀ, ਤੂੰ ਬੈਠ, ਮੈਂ ਤੇਰੇ ਵਾਸਤੇ ਦੁੱਧ ਲੈ ਕੇ ਆਉਣੀ ਆ। ਹਾਲੇ ਚਾਚੀ ਦੁੱਧ ਗਰਮ ਆ। ਹੋਰ ਸਭ ਰਾਜੀ ਖੁਸ਼ੀ? ਹਾਂਜੀ। ਜੀ ਲੱਗ ਜਾਂਦਾ ਤੇਰਾ? ਨਾਲੇ ਹੁਣ ਮੈਂ ਨਾ ਗੇੜਾ ਮਾਰਦੀ ਰਹੂੰ, ਤੂੰ ਫਿਕਰ ਨਾ ਕਰੀ। ਭਾਬੀ ਮੱਝ ਨੂੰ ਪਾਣੀ ਪਿਲਾ ਤਾ ਕਿ ਮੈਂ ਪਿਲਾ ਕੇ ਜਾਵਾਂ? ਵੇ ਪੁੱਤ ਆ ਜਾ, ਮੱਝ ਨੂੰ ਕੱਖ ਪਾ ਕੇ ਦੂਜੇ ਕਿੱਲੇ ਤੇ ਕਰ ਜਾ। ਠੀਕ ਹੈ ਚਾਚੀ, ਮੈਂ ਹੁਣੇ ਹੀ ਆਇਆ। ਤੂੰ ਖਾਸੀ ਕਮਜ਼ੋਰ ਹੋਈ ਪਈ ਹੈ, 2 ਟਾਈਮ ਦੁੱਧ ਪੀਆ ਕਰ ਰੱਜ ਕੇ। ਕੀ ਕਰਾਂ ਚਾਚੀ, ਤਾਪ ਹੀ ਨਹੀਂ ਖੜਾ ਛੱਡਦਾ, ਦੂਏ ਤੀਜੇ ਦਿਨ ਛੱਡ ਜਾਂਦਾ।
ਲੈ ਸੁਖਨਾ ਤੇਰੇ ਗੁਆਂਢ 'ਚ ਕਿੰਨਾ ਸਾਊ ਮੁੰਡਾ ਰਹਿੰਦਾ, ਵੇਲੇ ਕੁ ਵੇਲੇ ਔਖਾ ਸੌਖਾ ਕੰਮ ਹੁੰਦਾ, ਇਹਨੂੰ ਆਵਾਜ਼ ਮਾਰ ਲਿਆ ਕਰ। ਚਾਚੀ ਤੁਸੀਂ ਵੀ ਤਾਂ ਇਹਨਾਂ ਦੇ ਪਹਿਲੇ ਗੁਆਂਢੀ ਹੋ, ਆ ਜਾਇਆ ਕਰੋ, ਟਾਈਮ ਕੱਢ ਕੇ ਦੁੱਖ ਸੁੱਖ ਸਾਂਝਾ ਕਰ ਲਿਆ ਕਰੋ। ਭਾਬੀ ਤਾਂ ਵਿਚਾਰੀ ਇਹ ਮੱਝ ਦੀ ਓੜ ਪੋੜ ਕਰਦੀ ਰਹਿੰਦੀ ਹੈ, ਮੈਂ ਕਦੇ ਆਰਾਮ ਕਰਦੀ ਨਹੀਂ ਵੇਖਿਆ। ਵੇ ਮੈਂ ਤਾਂ ਆ ਜਾਇਆ ਕਰੂੰ, ਤੂੰ ਉਰੇ ਆ, ਮੇਰੀ ਗੱਲ ਸੁਣ ਪੁੱਤ। ਆ ਸਿਮਰਨ ਵਿਚਾਰੀ ਤੇਰੇ ਹਾਣ ਪਰਵਾਣ ਦੀ ਆ, ਪੜ੍ਹਨ ਲਿਖਣ ਦੀ ਉਮਰ ਵਿੱਚ ਹੀ ਇਹਦਾ ਝੰਜਟਾ ਨਾ ਵਾਹ ਪੈ ਗਿਆ, ਤੂੰ ਇਹਦਾ ਖਿਆਲ ਰੱਖਿਆ ਕਰ। ਇਹਦੇ ਘਰ ਆਉਂਦਾ ਜਾਂਦਾ ਵੇਖ ਕੇ ਲੋਕ ਗੱਲਾਂ ਵੀ ਬਣਾਉਣਗੇ, ਪਰ ਤੂੰ ਕਿਸੇ ਦੀ ਪਰਵਾਹ ਨਾ ਕਰੀ, ਮੈਂ ਤੇਰੇ ਨਾਲ ਆ। ਚੰਗਾ ਚਾਚੀ, ਮੈਂ ਹੁਣ ਚੱਲਦਾ। ਰੁਕ, ਮੈਂ ਤੇਰੇ ਵਾਸਤੇ ਦੁੱਧ ਲੈ ਕੇ ਆਉਣੀ। ਤੁਸੀਂ ਦੋਵੇਂ ਹੀ ਬੈਠੋ, ਦੁੱਧ ਮੈਂ ਲੈ ਕੇ ਆਉਣੀ ਆ, ਤੁਸੀਂ ਕੋਈ ਪੜ੍ਹਾਈ ਲਿਖਾਈ ਦੀ ਗੱਲ ਕਰੋ। ਰਣਜੀਤ ਕਿਹੜੀ ਕਲਾਸ ਕਰ ਰਿਹਾ ਹੈ? ਫਾਈਨਲ ਚ ਹੈ ਭਾਬੀ, ਮੈਂ BSc ਕਰਦਾ। ਭਾਬੀ ਤੂੰ ਕਿੰਨਾ ਪੜ੍ਹੀ ਹੋਈ ਹੈ? ਮੈਂ ਤਾਂ 10ਵੀਂ ਤੋਂ ਅੱਗੇ ਨਹੀਂ ਪੜ੍ਹ ਸਕੀ, ਵਿਆਹਦਾ ਮਰਿਆ ਸਭ ਜੋ ਮੇਰੇ ਗੱਲ ਪੈ ਗਿਆ। ਮੈਟ੍ਰਿਕ ਪਲੱਸ 1 ਪਲੱਸ 2 ਫਸਟ ਸੈਕਿੰਡ ਫਾਈਨਲ, ਇਹਦਾ ਮਤਲਬ ਮੈਂ ਵੀ ਕਾਲਜ ਜਾ ਕਰਦੀ। ਸਿਮਰ ਪੁੱਤ, ਹਾਂਜੀ, ਉਹ ਮੱਝ ਕਦ ਲੈਂਦੀ? ਉਹਦੇ ਕਰਕੇ ਤਾਂ ਤੂੰ ਹੋਰ ਵੀ ਔਖੀ ਹੋ ਗਈ। ਨਹੀਂ ਬਾਪੂ ਜੀ, ਕੋਈ ਔਖੀ ਨਹੀਂ ਹੋਈ, ਸਗੋਂ ਦੀ ਪਹਿਲਾਂ ਨਾਲੋਂ ਮੈਂ ਸੌਖੀ ਹੋ ਗਈ, ਨਾਲੇ ਮੇਰਾ ਖਰਚਾ ਪਾਣੀ ਚੱਲ ਜਾਂਦਾ ਵਧੀਆ ਢੰਗ ਨਾਲ। ਸੱਚ ਮੈਂ ਪੁੱਛਣਾ ਭੁੱਲ ਗਿਆ, ਉਹ ਤੇਰਾ ਫਿਰ ਮੱਝ ਦਾ ਕੱਖ ਪੱਠੇ ਦੇ ਕੇ ਮਿਸਰਦਾ? ਬਾਪੂ ਜੀ 20 ਰੁਪਏ ਦੇ ਕੇ ਕਿਸਤੋਂ ਮੰਗਵਾ ਲੈਣੀ ਆ, ਤੂੜੀ ਮੈਂ ਪਹਿਲੇ ਹੀ ਮੁੱਲ ਲੈ ਲਈ ਸੀ। ਕੀਰਤੀ ਤੇ ਅੰਮ੍ਰਿਤ ਨਹੀਂ ਆਇਆ? ਓਹੋ, ਉਹ ਮੈਂ ਕੀ ਦੱਸਾਂ ਤੈਨੂੰ, ਉਹ ਤੇਰੀ ਮਾਂ ਨੂੰ ਤੇਈਆ ਤਾਪ ਚੜ੍ਹਨ ਲੱਗ ਗਿਆ। ਅੱਛਾ, ਮਾਂ ਨੂੰ ਵਧੀਆ ਡਾਕਟਰ ਤੋਂ ਦਵਾਈ ਦਵਾ ਦਿਓ, ਐਵੇਂ ਸਿਆਣੇ ਦੇ ਚੱਕਰ 'ਚ ਨਾ ਪੈ ਜਾਈਏ। ਠੀਕ ਆ ਠੀਕ ਆ, ਲੈ ਪੁੱਤਾ ਪੈਸੇ। ਰਹਿਣ ਦੋ ਬਾਪੂ। ਨਹੀਂ ਪੁੱਤ ਰੱਖ, ਚੰਗਾ ਮੈਂ ਚੱਲਦਾ, ਸਿਹਤ ਦਾ ਖਿਆਲ ਰੱਖਿਆ ਕਰ ਪੁੱਤ। ਹਾਂ ਭਾਈ ਸਿਮਰ, ਠੀਕ ਠਾਕ ਹੈ? ਹਾਂਜੀ। ਹੁਣ ਤਾਂ ਨਹੀਂ ਘਰ ਵਿੱਚ ਕੋਈ ਨੌਲਾ ਗੌਲਾ? ਨਹੀਂ ਜੀ। ਮੈਂ ਸੋਚਿਆ ਜਾਂਦੇ ਜਾਂਦੇ ਪਤਾ ਹੀ ਕਰ ਜਾਵਾਂ, ਮੇਰੀ ਫਲਾਈਟ ਹੈ, ਫਿਰ ਵੀ ਮੈਂ ਬਾਹਰੋਂ ਪਤਾ ਸਤਾ ਲੈਂਦਾ ਰਹੂੰ ਤੁਹਾਡਾ। ਚੰਗਾ ਮੈਂ ਚੱਲਿਆ। ਠੀਕ ਹੈ ਵੀਰ ਜੀ। ਕਮਾਲ ਹੈ, ਇੰਨੀ ਸਟਰੋਂਗ ਦਵਾਈ ਦੇਣ ਤੋਂ ਬਾਅਦ ਵੀ ਬੁਖਾਰ ਲੋਟ ਨਹੀਂ ਆਉਂਦਾ। ਚੱਲ ਕੋਈ ਨਾ, ਮੈਂ ਕੋਈ ਹੋਰ ਦਵਾਈ ਦੇਣਾ ਬਦਲ ਕੇ। ਚੰਗਾ ਭਾਬੀ, ਮੈਂ ਅੱਜ ਕਾਲਜ ਆਇਆ ਵਾਂ, ਤੂੰ ਹੁਣ ਆਰਾਮ ਕਰ। ਰਣਜੀਤ, ਮੈਂ ਤੈਨੂੰ ਇੱਕ ਗੱਲ ਕਹਿਣੀ ਆ। ਰਣਜੀਤ, ਤੂੰ ਮੈਨੂੰ ਬਹੁਤ ਹੀ ਚੰਗਾ ਲੱਗਦਾ ਹੈ, ਤੈਨੂੰ ਵੇਖ ਕੇ ਮੇਰਾ ਸਾਰਾ ਥਕੇਵਾਂ ਦੂਰ ਹੋ ਜਾਂਦਾ ਹੈ, ਮੇਰਾ ਦਿਨ ਸੌਖਾ ਲੰਘ ਜਾਂਦਾ ਹੈ, ਰਾਤ ਤੇਰੇ ਸੁਪਨੇ 'ਚ ਪਤਾ ਨਹੀਂ ਕਦੋਂ ਲੰਘ ਜਾਂਦੀ ਆ, ਅਤੇ ਸਵੇਰ ਹੁੰਦਿਆਂ ਹੀ ਮੈਨੂੰ ਤਾਪ ਘੇਰ ਲੈਂਦਾ ਹੈ। ਮੈਨੂੰ ਲੱਗਦਾ ਤੇਰੇ ਸਾਰੇ 4 ਦਿਨ ਮੈਂ ਹੋਰ ਕੱਟ ਜਾਊਂ, ਨਹੀਂ ਤਾਂ ਹੁਣ ਮੇਰਾ ਕੋਈ ਪਤਾ ਨਹੀਂ ਕਦੋਂ। ਚੱਲ ਠੀਕ ਹੈ ਭਾਬੀ, ਅੱਜ ਮੈਂ ਕਾਲਜ ਨਹੀਂ ਜਾਂਦਾ। ਕੋਈ ਨਾ, ਜੇ ਕੋਈ ਪ੍ਰੋਬਲਮ ਹੋਈ ਮੈਨੂੰ ਆਵਾਜ਼ ਮਾਰ ਦੀ, ਮੈਂ ਘਰ ਹੀ ਹਾਂ। ਮੈਂ ਤਾਂ ਕਹਿੰਦੀ ਹਾਂ ਰੱਬ ਮੇਰੀ ਉਮਰ ਵੀ ਤੈਨੂੰ ਲਾ ਦੇਵੇ। ਭਾਬੀ ਕੀ ਹੋ ਗਿਆ ਤੈਨੂੰ? ਭਾਬੀ ਕੀ ਹੋ ਗਿਆ ਤੈਨੂੰ? ਭਾਬੀ ਅੱਖਾਂ ਤਾਂ ਖੋਲ। ਭਾਬੀ ਮੈਂ ਦੁਬਾਰਾ ਡਾਕਟਰ ਨੂੰ ਬੁਲਾ ਕੇ ਲਿਆਉਣਾ। ਸੌਰੀ ਰਣਜੀਤ, ਹੁਣ ਬਸ। ਭਾਬੀ ਹੈਂ, ਭਾਬੀ ਛੱਡ ਕੇ ਤੁਰ ਗਈ।
ਬੱਲੇ ਬੱਲੇ ਸਰਪੰਚ ਸਾਹਿਬ, ਆਹ ਕਿੱਧਰੋਂ ਚੰਨ ਚੜਿਆ ਆ? ਹੋਰ ਸੁਣਾ ਸਰਪੰਚ, ਆ ਤਾਂ ਕਮਾਲ ਹੀ ਕਰਤੀ, ਕਨੇਡਾ ਤੋਂ ਆਉਣ ਬਾਰੇ ਦੱਸਿਆ ਹੀ ਨਹੀਂ ਤੂੰ, ਚੁੱਪ ਚੁਪੀਤੇ ਉਡਾਰੀ ਲਾਤੀ। ਆ ਜਾ ਬਹਿਨੇ ਆ ਆਪਾਂ। ਮੈਂ ਸੋਚਿਆ ਰਣਜੀਤ ਸਿੰਘ ਨੂੰ ਘਰ ਮਿਲ ਕੇ ਆਵਾਂ ਅਤੇ ਨਾਲੇ ਸਰਪ੍ਰਾਈਜ਼ ਦੇਵਾਂ। ਸੱਚ ਕਿਹੜੇ ਦੇ ਘਰ ਨੂੰ ਜਿੰਦਾ ਲੱਗਿਆ ਪਿਆ ਅਤੇ ਘਰ ਦੀ ਹਾਲਤ ਵੀ ਖਸਤਾ ਹੋਈ ਪਈ ਹੈ, ਉਹ ਸੁੱਖ ਤਾਂ ਹੈ? ਸੁੱਖ ਕਾਹਦੀ ਸਰਪੰਚ ਸਾਹਿਬ, ਤੇਰੇ ਕਨੇਡਾ ਜਾਣ ਤੋਂ ਬਾਅਦ ਇਸ ਘਰ ਨਾਲ ਕੀ ਹੋਇਆ ਇਹ ਬਹੁਤ ਲੰਬੀ ਕਹਾਣੀ ਹੈ। ਲੈ ਮੈਂ ਤੈਨੂੰ ਸੁਣਾਉਂਦਾ। ਅਤੇ ਇੱਕ ਦਿਨ ਕੀ ਹੋਇਆ, ਮੱਸਿਆ ਹੋਣ ਕਰਕੇ ਸਾਰਾ ਪਰਿਵਾਰ ਮੱਸੇ 'ਤੇ ਚਲਾ ਗਿਆ ਅਤੇ ਇਕੱਲੀ ਸ਼ਿੰਦਰੀ ਘਰ ਵਿੱਚ ਸੀ। ਪਤਾ ਨਹੀਂ ਵਿਚਾਰੀ ਕੀ ਖਾ ਪੀ ਰਹੀ ਸੀ, ਬਸ ਇੱਕਦਮ ਇਹ ਲੁੜਕ ਗਈ। ਆ ਜਾਂਦਾ ਹੈ ਬੀਜਿਆ ਵੱਡੀ, ਆ ਬਥੇਰਾ ਸਮਝਾਇਆ ਸੀ ਕਿੱਥੇ ਸਮਝਦਾ ਹੈ, ਜਦ ਕੋਈ ਕਿਸੇ ਦੇ ਮੋਹ ਚੈਨ ਨਾ ਹੋ ਜੇ ਉਹਦਾ ਆਹੀ ਹਾਲ ਹੁੰਦਾ ਹੈ। ਹਾਂਜੀ ਆ ਗਏ ਤੁਸੀਂ। ਉਹ ਆ ਗਈ ਤੇਰੀ ਸਮਰ।
उस गरीबनी का शराब शरूफ लग गया।